ਮੈਨੂੰ ਬੜੀ ਖੁਸ਼ੀ ਆ ਜਿਹੜਾ ਮੈਂ ਅੱਜ ਇੱਥੇ ਫਗਵਾੜੇ ਵਿਰਕਪਿੰਟ ਦੇ ਵਿੱਚ ਡਾਕਟਰ ਅਵਤਾਰ ਸਿੰਘ ਜੀ ਨੇ ਜੋ ਇੱਥੇ ਸਿਸਟਮ ਕ੍ਰੋਪਿੰਗ ਦਾ ਸਿਸਟਮ ਬਣਾਇਆ ਜਿਹਦਾ ਨਾਮ ਗੁੱਡ ਗਰੋ ਕ੍ਰੋਪਿੰਗ ਸਿਸਟਮ ਰੱਖਿਆ ਉਹ ਦੇਖਣ ਲਈ ਅੱਜ ਇੱਥੇ ਆਇਆ ਤੇ ਇੱਥੇ ਆ ਕੇ ਮਤਲਬ ਕਿ ਇਹ ਦੇਖ ਕੇ ਸਾਰਾ ਹੈਰਾਨੀ ਹੋਈ ਕਿ ਇਹਨਾਂ ਨੇ ਇੰਨਾ ਵਧੀਆ ਸਿਸਟਮ ਬਣਾਇਆ ਜਿੱਥੇ ਕਿ ਯੂਨੀਵਰਸਟੀਆਂ ਵੀ ਫੇਲ ਹੋ ਗਈਆਂ ਉੱਥੇ ਇਹਨਾਂ ਨੇ ਇੰਨਾ ਵਧੀਆ ਸਿਸਟਮ ਬਣਾਇਆ ਔਰ ਇਸ ਸਿਸਟਮ ਦੇ ਨਾਲ এনवायरमेंट ਦਾ ਵੀ ਫਾਇਦਾ ਪਾਣੀ ਦੀ ਬਚਤ ਨਾਲ ਦੀ ਨਾਲ ਰੇ ਵੀ ਘੱਟ ਲੱਗਦਾ ਪੈਸਟੀਸਾਈਡ ਵੀ ਘੱਟ ਲੱਗਦੇ ਆ ਤੇ ਆਮਦਨ ਕਿਤੇ ਜ਼ਿਆਦਾ ਹੁੰਦੀ ਆ ਇਹ ਸਿਸਟਮ ਵਲ ਕੇ ਐਸਾ ਜੋ ਕਿ ਪੰਜਾਬ ਦੇ ਵਿੱਚ ਇੱਕ ਇਨਕਲਾਬ ਲੈ ਸਕਦਾ ਤੋਂ ਇਹ ਹੁਣ ਅਸੀਂ ਅੱਜ ਇਸੇ ਕਰਕੇ ਇੱਥੇ ਇਕੱਠੇ ਹੋਏ ਆ ਤੇ ਇਹ ਕਿ ਇਹ ਸਿਸਟਮ ਨੂੰ ਅੱਗੇ ਪੰਜਾਬ ਦੇ ਵਿੱਚ ਹੋਰਾਂ ਲੋਕਾਂ ਦੇ ਕੋਲੇ ਕਿਵੇਂ ਜਾਣਾ ਪੰਜਾਬ ਦੇ ਵਿੱਚ ਆਮ ਜੋ ਪਸਾਰ ਪੰਜਾਬ ਦਾ ਕਿਸਾਨ ਹੈ ਉਹ ਇਹਨਾਂ ਦੀ ਡਾਕਟਰ ਉਪਤਾਰ ਸਿੰਘ ਖਰਾਨ ਦੀ ਮਿਹਨਤ ਦਾ ਫਾਇਦਾ ਕਿਵੇਂ ਲਵੇ ਹੁਣ ਇਹ ਗੱਲ ਦੇਖਣ ਵਾਲੀ ਆ ਕਿਉਂਕਿ ਇਹ ਤਾਂ ਇਸ ਦੇ ਵਿੱਚ ਜਿਹੜਾ ਵੀ ਕੋਈ ਇੱਥੇ ਆ ਕੇ ਦੇਖ ਲੇਗਾ ਉਸ ਨੂੰ ਕੋਈ ਸ਼ੱਕੇ ਵਿੱਚ ਰਹਿ ਨਹੀਂ ਜਾਏਗਾ ਕਿ ਇਸ ਸਿਸਟਮ ਦੇ ਨਾਲ ਆਮਦਨੀ ਕਿਤੇ ਜ਼ਿਆਦਾ ਹੋਏਗੀ ਖਰਚਾ ਘਟੇਗਾ ਨਾਲ ਦੀ ਨਾਲ ਅਸੀਂ এনवायरमेंट ਪੰਜਾਬ ਦਾ ਬਚਾਵਾਂਗੇ ਪੰਜਾਬ ਦੇ ਪਾਣੀ ਨੂੰ ਬਚਾਵਾਂਗੇ ਪੰਜਾਬ ਦੀ ਜ਼ਮੀਨ ਨੂੰ ਬਚਾਵਾਂਗੇ ਤੇ ਪੰਜਾਬ ਜੋ ਜੈਰ ਮੁਕਤ ਹੁੰਦਾ ਜਾਂਦਾ ਉਹਨੂੰ ਵੀ ਬਚਾਵਾਂਗੇ ਮਲਕਿ ਇੱਕ ਤਰ੍ਹਾਂ ਦਾ ਬਹੁਤ ਵੱਡਾ ਫੂਨ ਆ ਇਹ ਪੰਜਾਬ ਦੇ ਵਾਸਤੇ ਇਹ ਸਿਸਟਮ ਇਸ ਕਰਕੇ ਬਹੁਤ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਅਸੀਂ ਜਗਾ ਜਗਾ ਤੇ ਪਿੰਡ ਪਿੰਡ ਨੂੰ ਲੈ ਕੇ ਜਾਈਏ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਆਲੇ ਹੀ ਖੇਤੀ ਸਤਸੰਗ ਬਣਾ ਕੇ ਪੰਜਾਬ ਦੇ ਕਈ ਪਿੰਡਾਂ ਤੱਕ ਪਹੁੰਚ ਗਏ ਨੇ ਪਰ ਇਹਨੂੰ ਕੱਲੇ ਪਿੰਡਾਂ ਤੱਕ ਨਹੀਂ ਪੰਜਾਬ ਦੇ ਘਰ ਘਰ ਹਰ ਪਿੰਡ ਦੇ ਹਰ ਕਿਸਾਨ ਨੂੰ ਇਹ ਸਿਸਟਮ ਕਰਨਾ ਚਾਹੀਦਾ ਇਹਦੇ ਵਿੱਚ ਫਾਇਦਾ ਵੀ ਹੋਏਗਾ ਖੇਤੀ ਦਾ ਜਿਹੜਾ ਪ੍ਰੋਫਿਟ ਹੈ ਉਹ ਵੀ ਵਧੇਗਾ ਤੇ ਇਹਨੂੰ ਅਸੀਂ ਪਲਾਨ ਕਰਨ ਲਈ ਅੱਜ ਆਏ ਆ ਇਹ ਡਾਕਟਰ ਪ੍ਰੀਤੀ ਸ਼ਰਮਾ ਜੀ ਇਹ ਜੋਤੀ ਸ਼ਰਮਾ ਜੀ ਇਹ ਇੱਥੇ ਅੱਜ ਪਲਾਨ ਆਏ ਨੇ ਹਿਸ਼ਾਰਪੁਰ ਦੇ ਕੋਲੇ ਨਾ ਇੰਸਟੀਚਿਊਟ ਬਣਾਇਆ ਇਹ ਆਪਣੇ ਇੰਸਟੀਚਿਊਟ ਚ ਵੀ ਇਹਦੀ ਟ੍ਰੇਨਿੰਗ ਦੇਣ ਲਈ ਪਲਾਨ ਕਰ ਰਹੇ ਆ ਕਰਨੇ ਆਏ ਨੇ ਇਹ ਇੰਡੀਆ ਦੇ ਜੋ ਫਲਾਰ ਕਿੰਗ ਅਵਤਾਰ ਸਿੰਘ ਜੀ ਟੀਨਸਾ ਜਿਹੜੇ 35 ਦੇਸ਼ਾਂ ਦੇ ਵਿੱਚ ਜੋ ਫਲਾਰ ਸੀਡ ਐਕਸਪੋਰਟ ਕਰਦੇ ਆ ਤੇ ਬੜਾ ਮਾਣ ਆ ਸਾਨੂੰ ਇਹ ਇਹ ਦੇਤੇ ਬਲਕੇ ਪੰਜਾਬ ਨੂੰ ਤਾਂ ਹੈਗਾ ਹੈਗਾ ਸਾਰੇ ਇੰਡੀਆ ਨੂੰ ਦੇਸ਼ ਨੂੰ ਮਾਣ ਆ ਡਾਕਟਰ ਰਮੇਂਦਰ ਰਵਿੰਦਰ ਸਿੰਘ ਜੀ ਇਹ ਇਹ ਆਈਐਸ ਅਫਸਰ ਰਿਟਾਇਰ ਹੋਏ ਨੇ ਤੇ ਇਹ ਸਾਡੇ ਜਮਾਤੀ ਸੀ ਅਸੀਂ ਤਨੇ ਇਕੱਠੇ ਸੀ ਨਾਲ ਡਾਕਟਰ ਚੰਨ ਲਾਲ ਜੀ ਵੀ ਇਹ ਇਹ ਵੀ ਇਹ ਇਹ ਵੀ ਸਾਡੇ ਜਮਾਤੀ ਸੀ ਨਾਲ ਨਾਲ ਸੀਗੇ ਪਿੰਦਰ ਦਸਾਂਜ ਜੀ ਅਮਰੀਕਾ ਤੋਂ ਆਏ ਨੇ ਨਾਲ ਦਾ ਦਸਾਂਜ ਪਿੰਡ ਆ ਇਨਾਂ ਨੂੰ ਸਿਸਟਮ ਬੜਾ ਵਧੀਆ ਲੱਗਿਆ ਨਾਲ ਆਪਣੇ ਪਿੰਡ ਨੂੰ ਡਰਲ ਵੀ ਲੈ ਕੇ ਆਏ ਨੇ ਤੇ ਬਾਕੀ ਇਹ ਸਾਰੇ ਹੁਣ ਇੱਥੇ ਬੈਠ ਕੇ ਇਸੇ ਗੱਲ ਦੀ ਪਲਾਨ ਕਰਨੀ ਆ ਕਿ ਆਪਾਂ ਕਿਵੇਂ ਪੰਜਾਬ ਦੇ ਵਿੱਚ ਇਹ ਸਿਸਟਮ ਨੂੰ ਦੂਜੇ ਕਿਸਾਨਾਂ ਨੂੰ ਜਾ ਕੇ ਟ੍ਰੇਨਿੰਗ ਦੇ ਦੇ ਕੇ ਇਹ ਸਿਸਟਮ ਰਾਹੀਂ ਜੋ ਖੇਤੀ ਕਰਵਾਈਏ ਤਾਂ ਕਿ ਪੰਜਾਬ ਦੀ ਜ਼ਮੀਨ ਵੀ ਬਚੇ ਵਾਤਾਵਰਨ ਵੀ ਬਚੇ ਤੇ ਨਾਲੇ ਕਿਸਾਨ ਦੀ ਆਮਦਨ ਵੀ ਵਧੇ ਦੁੱਗਣੀ ਹੋ ਜਾਏ ਇਹ ਸਿਸਟਮ ਆਇਦਣਾ ਦੁੱਗਣੀ ਕੀ ਤਿਗਣੀ ਆਮਦਨ ਕਹਿੰਦੇ ਆਮ ਕਿਸਾਨ ਇਹ ਸਿਸਟਮ ਨੂੰ ਵਰਤ ਕੇ ਇਹਨੂੰ ਫਾਲੋ ਕਰਕੇ 2 ਤੋਂ 2.5 ਲੱਖ ਰੁਪਿਆ ਏਕੜ ਦਾ ਆਰਾਮ ਨਾਲ ਕੱਢ ਸਕਦਾ ਆ ਆਰਾਮ ਨਾਲ ਜਿੰਨੀ ਮਿਹਨਤ ਹੁਣ ਕਰਦਾ ਉੰਨੀ ਮਿਹਨਤ ਕਰਕੇ ਜੇ ਜ਼ਿਆਦਾ ਮਿਹਨਤ ਕਰਕੇ ਤਾਂ ਕਹਿੰਦੇ 3.5 ਤੋਂ 4 ਲੱਖ ਤੱਕ ਵੀ ਆਪਣਾ ਇੱਕ ਇੱਕ ਏਕੜੇ ਤੋਂ ਕੱਢ ਸਕਦੇ ਆ ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਇਹਨੂੰ ਅਕੇਲੇ ਨਹੀਂ ਜਾਣਾ ਅੱਜ ਹੁਣ ਡਾਕਟਰ ਬਤਾਰ ਸਿੰਘ ਜੀ ਨਾਲ ਬੈਠ ਕੇ ਇਸ ਦੀ ਪਲਾਨ ਕਰਦੇ ਆ ਤੇ ਵੈਗਰੂ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਵੈਗਰੂ ਹਿੰਮਤ ਦੇਵੇ ਤੇ ਇਹ ਪੰਜਾਬ ਦੇ ਵਿੱਚ ਇਹ ਗੁਰੂਆਂ ਦੀ ਧਰਤੀ ਨੂੰ ਬਚਾਉਣ ਦੇ ਵਾਸਤੇ ਇਸ ਸਿਸਟਰ ਨੂੰ ਅੱਗੇ ਸਾਰੇ ਪੰਜਾਬ ਦੇ ਵਿੱਚ ਅੱਗੇ ਲੈ ਕੇ ਜਾਣ ਤੇ ਡਾਕਟਰ ਅਵਤਾਰ ਸਿੰਘ ਜੀ ਨੂੰ ਹੋਰ ਹਿੰਮਤ ਦੇਵੇ ਡਾਕਟਰ ਅਵਤਾਰ ਸਿੰਘ ਦੇ ਜਿਹੜੇ ਸਿਰ ਦੇ ਉੱਤੇ ਮਿਹਰ ਪਰੇ ਹੱਥ ਰੱਖੇ ਤਾਂ ਕਿ ਪੰਜਾਬ ਨੂੰ ਇਹ ਖੁਸ਼ਹਾਲੀ ਵਾਲੇ ਪਾਸੇ ਨੂੰ ਲੈ ਕੇ ਜਾ ਸਕਣ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਤਾਰ